ਮੰਜ ਤੈਨੂੰ ਮਿਲਿਆ ਫੁਰ ਲੱਭ ਜਨਮ ਪ੍ਰਾਪਤ ਕਰਕੇ ਕਦਰ ਕੀ ਪਾਵੇ ਚੱਲਿਆ ਤੈਨੂੰ ਆਪਣਾ ਰੂਪ ਬਣਾਇਆ ਏ ਪਰ ਕਦਰ ਨ ਜਾਣੀ ਬੜੀ ਮੁਸ਼ਕਲ ਦੇ ਨਾਲ ਪਾਇਆ ਏ ਪਰ ਕਦਰ ਨ ਜਾਣੀ ਸਾਧ ਮਨ ਮੇ ਅਮੋਲ ਆਇਆ ਏ ਪਰ ਕਦਰ ਨ ਜਾਣੀ ਬੜੀ ਮੁਸ਼ਕਲ ਦੇ ਨਾਲ ਪਾਇਆ ਏ ਪਰ ਕਦਰ ਨ ਜਾਣੀ ਚੁਰਾਸੀ ਜੋਨ ਭਗਤ ਕੇ ਤੇਰੇ ਜਨਮ ਹੈ ਮਿਲਦਾ ਸਦੀਆਂ ਦਾ ਮਰਦਾਇਆ ਬੂਟਾ ਵਾਂਗ ਕਮਲ ਹੈ ਮਿਲਦਾ ਬਿਨ ਪ੍ਰੇਮ ਪਾਣੀ ਮੁਰਝਾਇਆ ਏ ਪਰ ਕਦਰ ਨ ਜਾਣੀ ਡੇਰਾ ਸੱਚਾ ਸੌਦਾ ਬੰਨੀਓ ਆਹ ਅੱਜ ਪੰਛੀਆਂ ਵਾਸਤੇ ਉਦਮ ਕੀਤਾ ਗਿਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਰ ਇਹ ਬਹੁਤ ਵਧੀਆ ਉਪਰਾਲਾ ਹੈਗਾ, ਦੇਖੋ ਅੱਜ ਕੱਲ੍ਹ ਗਰਮੀ ਬਹੁਤ ਵੱਧ ਰਹੀ ਹੈ, ਟੈਂਪਰੇਚਰ ਬਹੁਤ ਹਾਈ ਹੈਗਾ ਅਤੇ ਪੰਛੀ ਆਪਾਂ ਦੇਖ ਰਹੇ ਹਾਂ ਧੁੱਪ ਵਿੱਚ ਮਰ ਰਹੇ ਆ, ਉਹਦੇ ਲਈ ਸਰ ਹੁਣ ਜਿਹੜਾ ਅੱਜ ਪ੍ਰਬੰਧ ਕੀਤਾ ਬਹੁਤ ਵਧੀਆ ਹੈਗਾ ਇਹ, ਅਤੇ ਅਸੀਂ ਸਾਰਿਆਂ ਨੂੰ ਮੈਸੇਜ ਚਾਹੀਦਾ ਅਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਉਹਨਾਂ ਦਾ ਜੋ ਇਹਨਾਂ ਨੇ ਉਪਰਾਲਾ ਕੀਤਾ। ਤੁਸੀਂ ਵੀ ਇਹਦੇ ਵਿੱਚ ਕੋਈ ਯੋਗਦਾਨ ਪਾਓਗੇ ਜਾਂ ਰੋਜ਼ਾਨਾ ਪਾਣੀ ਤੁਸੀਂ ਪਾਇਆ ਕਰੋਗੇ? ਹਾਂ ਸਰ, ਅਸੀਂ ਯੋਗਾ ਵੀ ਆਪਣੇ ਵੱਲੋਂ ਵੀ ਕਰਾਂਗੇ ਐਫਰਟਸ ਅਤੇ ਪਾਣੀ ਵੀ ਰੋਜ਼ ਪਾਇਆ ਕਰਾਂਗੇ। ਥੈਂਕ ਯੂ। ਧੰਨਵਾਦੀਆਂ ਸਾਧ ਸੰਗਤ ਜੀ ਦੇ ਜਿਨ੍ਹਾਂ ਨੇ ਪੰਛੀਆਂ ਦੀ ਗਰਮੀਆਂ ਦੀ ਰੁੱਤ ਦੇ ਵਿੱਚ ਸੇਵਾ ਕੀਤੀ ਹੈ, ਜਿਨ੍ਹਾਂ ਦੇ ਵਿੱਚ ਪਾਣੀ ਦੀ ਬੋਤਲ, ਪੰਛੀਆਂ ਲਈ ਦਾਣਾ ਅੱਜ ਸਾਰੇ ਸਟਾਫ ਤੋਂ ਦਿੱਤਾ ਗਿਆ। ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਕਿਉਂਕਿ ਅੱਜ ਕੱਲ੍ਹ ਗਰਮੀਆਂ ਦੀ ਰੁੱਤ ਜਿਹੜੀ ਹੈਗੀ ਲੋਹ ਬੜੀ ਵਗ ਰਹੀ ਹੈ ਅਤੇ ਪੰਛੀਆਂ ਨੂੰ ਜਿਹੜਾ ਬਚਾਉਣਾ ਇਹ ਵੀ ਇੱਕ ਕੁਦਰਤ ਸੋਮਿਆਂ ਨੂੰ ਜਿਹੜਾ ਬਚਾਉਣ ਦੇ ਰੂਪ ਦੇ ਵਿੱਚ ਹੈ। ਅਸੀਂ ਸਮੁੱਚੇ ਸੰਗਤ ਦਾ ਜੋ ਇੱਥੇ ਸਾਡੇ ਕੋਲ ਪਹੁੰਚੀ ਹੈ ਇਸ ਦਾ ਧੰਨਵਾਦ ਕਰਦੇ ਹਾਂ ਅਤੇ ਇਸ ਕਦਮ ਦੀ ਸ਼ਲਾਘਾ ਕਰਦੇ ਹਾਂ ਕਿ ਜਿਹੜਾ ਪੰਛੀਆਂ ਦੇ ਲਈ ਉਪਰਾਲਾ ਕੀਤਾ ਗਿਆ ਇਹ ਬਹੁਤ ਸ਼ਲਾਘਾਯੋਗ ਉਪਰਾਲਾ। ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ, ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ। ਹੁਣ ਤੁਸੀਂ ਫਾਸਟ ਅਨਿਊਜ਼ ਪੰਜਾਬ ਦੀ ਐਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ। ਧੰਨਵਾਦ।